ਹੁਣ ਜਦੋਂ ਆਪਾਂ ਸੱਭਿਆਚਾਰ ਤੇ ਸਾਡੇ ਤੇ ਹਮਲਾ ਹੁੰਦਾ ਨਾ, ਆਰਥਿਕ ਅਸੀਂ ਸਹਿ ਲਾਂਗੇ, ਸੱਭਿਆਚਾਰ 'ਚ ਸਾਡਾ ਫਲਸਫਾ, ਸਾਡਾ ਇਤਿਹਾਸ, ਸਾਡੀ ਮਾਂ ਬੋਲੀ, ਸਾਡੇ ਪਾਣੀ, ਸਾਡੀ ਜ਼ਮੀਨ, ਧਰਤੀ, ਸਾਡੀ ਸਿਆਸਤ, ਸਭ ਕੁਛ ਇਹ ਜਾਂਦਾ, ਸਾਡੇ ਤੋਂ ਨਹੀਂ ਸਿਹਾ ਜਾਂਦਾ। ਕਿਉਂਕਿ ਇਹਦੇ 'ਚ ਉਹ ਛਿਣਗ ਜਿਹੜੀ ਗੁਰੂਆਂ ਨੇ ਲਾਈ ਹੋਈ ਆ, ਇਹਦੇ ਇੱਥੇ ਹੀ ਪਈ ਆ, ਇਹ 'ਚ ਸਾਡੇ ਤੋਂ ਸਿਹਾ ਨਹੀਂ ਜਾਂਦਾ। ਜਦੋਂ ਫਿਰ ਅਸੀਂ ਸੰਘਰਸ਼ ਵਿੜਦੇ ਹਾਂ, ਜਿਹੜਾ ਆਪਾਂ ਵਿੱਢੀ ਬੈਠੇ ਹਾਂ, ਹੁਣ ਫਿਰ ਇਹਦੇ 'ਚ ਸੰਘਰਸ਼ ਦੇ ਵਹਿਣ ਆ ਜਿਹੜੇ, ਉਹ ਹਥਿਆਰਬੰਦ ਸੰਘਰਸ਼ ਵੀ ਵਿੱਢਿਆ ਗਿਆ ਪਹਿਲਾਂ, ਖਾੜਕੂ ਸਿੰਘਾਂ ਨੇ ਲੜਿਆ ਅਤੇ ਅੱਜ ਆਪਾਂ ਇਕੱਠੇ ਹੋ ਕੇ ਇੱਕ ਸ਼ਾਂਤਮਈ ਸੰਘਰਸ਼ ਵਿੱਢੀ ਬੈਠੇ ਹਾਂ। ਇਹ ਵਹਿਣ ਆ, ਸੰਘਰਸ਼ ਦੇ ਵੱਖਰੇ ਵੱਖਰੇ ਲੜਨ ਦੇ ਢੰਗ ਆ, ਹਰ ਢੰਗ ਆਪਦੀ ਜਗ੍ਹਾ ਜਮ੍ਹਾਂ ਸਹੀ ਆ। ਸੋ ਅਸੀਂ ਸੰਘਰਸ਼ ਵਿੱਢ ਲਿਆ, ਹੁਣ ਸਾਡੇ ਤੇ ਜਬਰ ਜ਼ੁਲਮ ਕਰਨਗੇ ਉਹ। ਅਸੀਂ ਨਾ ਜਿੱਤ ਦਾ ਜਸ਼ਨ ਮਨਾਉਣੇ ਆ, ਨਾ ਹਾਰ ਦਾ ਮਾਣ, ਸਾਡੀਆਂ ਪੈੜਾਂ ਵਕਤ ਨਾਲ ਦਾ ਤੇ ਵਕਤ ਹੀ ਸਾਡੀ ਜਿੱਤ ਹਾਰਦਾ ਇਤਿਹਾਸ ਲਿਖਦਾ।